ਦੱਸਿਆ ਕਿੰਨਾ ਪ੍ਰਾਈਜ਼ ਆਏਗਾ। ਹੁਣ ਆਪਾਂ ਚਲਾਵਾਂਗੇ ਨਾ 60 ਤੇ। ਲੋਏ ਮਿੱਤਰੋ, ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਸਾਰਿਆਂ ਨੇ, ਘੈਂਟ ਹੋ? ਤੁਸੀਂ ਸਾਰਿਆਂ ਨੇ ਪਿਛਲੀ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਣਾ, ਆਪਾਂ ਆਪਣੇ ਬਾਈਕ ਦੇ ਵਿੱਚ ਨਿਊ ਬੁਲਟ 3 ਫੀਟ ਦੇ ਵਿੱਚ ਆਪਾਂ ਲਵਾਇਆ ਸੀਗਾ, ਸ਼ੋਰਟ ਬੋਟਲ ਸਲੈਂਸਰ ਇੰਸਟਾਲ ਕਰਵਾਇਆ ਸੀਗਾ ਆਪਾਂ ਨੇ। ਇਹਦਾ ਕਿੰਨਾ ਪ੍ਰਾਈਜ਼ ਆਏਗਾ ਅਤੇ ਆਪਾਂ ਕਿੱਥੋਂ ਪਵਾਇਆਗਾ ਅਤੇ ਇਹਦੇ ਕੋਈ ਪ੍ਰੋਬਲਮ ਤਾਂ ਨਹੀਂ ਆਪਣੇ ਬੈਗ ਦੇ ਵਿੱਚ, ਸਭ ਕੁਝ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਵਾ ਡਿਟੇਲ ਦੇ ਵਿੱਚ। ਜਿਹਨੇ ਹੱਲ ਤੱਕ ਉਹ ਵੀਡੀਓ ਨਹੀਂ ਦੇਖੀ, ਨੀਚੇ ਲਿੰਕ ਕਰਕੇ ਲਿੰਕ 'ਤੇ ਕਲਿੱਕ ਕਰਕੇ ਜਾ ਕੇ ਦੇਖ ਲਿਓ। ਬਾਕੀ ਉਸ ਤੋਂ ਪਹਿਲਾਂ ਆਹ ਵਾਲੀ ਵੀਡੀਓ ਜ਼ਰੂਰ ਦੇਖ ਲਿਓ। ਬਾਕੀ ਅੱਜ ਆਪਾਂ ਇਹਨੂੰ ਦਿਖਾਵਾਂਗੇ ਤੁਹਾਨੂੰ ਚਲਾ ਕੇ ਵੀ ਕਿਵੇਂ ਦੀ ਆਵਾਜ਼ ਆਉਂਦੀ ਹੈ, ਗਲੀਆਂ ਦੇ ਵਿੱਚ ਕਿਵੇਂ ਦੀ ਆਵਾਜ਼ ਆਉਂਦੀ ਹੈ ਅਤੇ ਹਾਈਵੇ ਦੇ ਉੱਪਰ ਕਿਵੇਂ ਦੀ ਆਵਾਜ਼ ਚਲਾਉਣ ਨੂੰ ਆਉਂਦੀ ਹੈ। ਹੌਲੀ ਵੀ ਚਲਾਵਾਂਗੇ ਆਪਾਂ, ਤੇਜ਼ ਵੀ ਚਲਾਵਾਂਗੇ, ਸਭ ਕੁਝ ਦੇਖਿਓ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ। ਜੇ ਵੀਡੀਓ ਥੋੜ੍ਹੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਕਰਦੇ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਾਕੀ ਵੀਡੀਓ ਨੂੰ ਕਰਦੇ ਆਪਣਾ ਸਟਾਰਟ, ਪਹਿਲਾਂ ਤੁਸੀਂ ਤਾਂ ਸਿਨਮੈਟਿਕ ਸ਼ੋਟ ਦੇਖ ਲਓ ਦੋ ਚਾਰ। ਅਤੇ ਲੋਏ ਮਿੱਤਰੋ, ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਆਪਣੀ ਬਾਈਕ ਨੂੰ ਸਟਾਰਟ ਅਤੇ ਆਵਾਜ਼ ਚੈੱਕ ਕਰਿਓ, ਨਾਲੇ ਕਮੈਂਟ ਕਰਕੇ ਦੱਸਿਓ ਇਹਦੀ ਪੁਰਾਣੇ ਬੁਲਟਾਂ ਵਰਗੀ ਆਵਾਜ਼ ਬਣੀ ਹੈ ਕਿ ਨਹੀਂ ਬਣੀ। ਜੇ ਬਣੀ ਹੈ ਤਾਂ ਵੀ ਦੱਸਿਓ, ਜੇ ਨਹੀਂ ਬਣੀ ਤਾਂ ਵੀ ਦੱਸਿਓ। ਬਾਕੀ ਆਪਾਂ ਹੁਣ ਸਟਾਰਟ ਕਰਦੇ ਹਾਂ ਇਹਨੂੰ, ਪਹਿਲਾਂ ਤੁਸੀਂ ਨੋਰਮਲ ਆਵਾਜ਼ ਸੁਣੋ ਅਤੇ ਬਾਕੀ ਹੁਣ ਕਰਦੇ ਆਪਾਂ ਰਾਈਡਿੰਗ। ਮਿੱਤਰੋ ਹੁਣ ਆਪਾਂ 40 ਦੀ ਬਾਤ ਤੁਸੀਂ ਸੁਣ ਲਈ, ਹੁਣ ਆਪਾਂ ਚਲਾਵਾਂਗੇ ਇਹਨੂੰ 60 ਤੇ।
ਬਾਈਕ ਮੋਟਰਸਾਈਕਲ ਉਤੋਂ ਇੰਨਾ ਘੰਟੇ ਦੇ ਵਿੱਚ ਪਿਆ ਵਾ ਸਲੰਸਰ ਚੱਲ ਤਾਂ ਬੁਲਟ ਲਾ ਲੈ ਘੈਂਟ ਰਿਪੋਰਟ ਤੇਲ ਮੁੱਕ ਗਿਆ ਕਰ ਰਿਹਾ ਮੈਂ ਇੱਧਰ ਜਾਣ ਕੇ ਵੀ ਇਹ ਲੱਗਿਆ ਤੇਲ ਖਤਮ ਹੋ ਗਿਆ ਘੈਂਟ ਓਕੇ ਰਿਪੋਰਟ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ।